ਸਮਾਣਾ ਰਾਮਨਗਰ ਸੜਕ 'ਤੇ ਸਵੇਰੇ ਕਰੀਬ 7:30 ਕੇ ਆਸ ਪਾਸ ਸੜਕ ਹਾਦਸਾ ਹੋਇਆ, ਜਿਹਦੇ PRTC ਦੀ ਬੱਸ ਅਤੇ ਟਰਾਲੇ ਦੀ ਟੱਕਰ ਹੋਈ ਹੈ, ਜਿਸ ਦੇ ਵਿੱਚ PRTC ਦੀ ਸਵਾਰੀਆਂ ਅਤੇ ਡਰਾਈਵਰ ਕੰਡਕਟਰ ਸਮੇਤ ਅੱਧਾ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਹੈ, ਜਿਨ੍ਹਾਂ ਨੂੰ ਸਮਾਣਾ ਕੇ ਸਰਕਾਰੀ ਹੋਸਪਿਟਲ ਵਿੱਚ ਇਲਾਜ ਲਈ ਦਾਖਲ ਕਰਿਆ ਹੈ। ਡਰਾਈਵਰ ਸੰਗਰੂਰ ਜ਼ਿਲ੍ਹੇ ਦੇ ਹਨ, ਸੰਗਰੂਰ ਦੇ ਪੁਆਣੀਗੜ ਦੇ ਨਜ਼ਦੀਕ ਦੇ ਕਿਸੇ ਪਿੰਡ ਕੇ ਦੱਸੇ ਗਏ। ਕੰਡਕਟਰ ਵੀ ਹੈ, ਡਰਾਈਵਰ ਦੀ ਲੱਤਾਂ ਫੈਕਚਰ ਹੋਈਆਂ ਔਰ ਸਵਾਰੀਆਂ ਵੀ ਜ਼ਖਮੀ ਹੋਈਆਂ। ਸਵਾਰੀਆਂ ਕੈਥਲ ਜਾ ਰਹੀ ਸੀ, ਕਿਸੇ ਨੇ ਪੂੰਡਰੀ ਜਾਣਾ ਸੀ, ਔਰ ਇਹ ਬੱਸ ਕਰੀਬ 7:45 ਸਮਾਣੇ ਚੱਲੀ ਹੈ ਔਰ 15 ਮਿੰਟ ਬਾਅਦ ਬਦਨਪੁਰ ਪਹੁੰਚੀ ਤਾਂ ਸਾਹਮਣੇ ਵਾਲੇ ਟਰਾਲੇ ਨਾਲ ਇਸਦੀ ਟੱਕਰ ਹੋਣ ਵਿੱਚ ਇਹ ਸਵਾਰੀਆਂ ਜ਼ਖਮੀ ਹੋਈਆਂ। ਹਾਦਸੇ ਦਾ ਕਾਰਨ ਇਹ ਦੱਸਿਆ ਗਿਆ ਕਿ ਜਿਹੜਾ ਬਦਨਪੁਰ ਦੇ ਨਜ਼ਦੀਕ ਘੁਮਾਵਦਾਰ ਮੋੜ ਹੈ, ਉੱਥੇ ਬੜਾ ਟਰਾਲਾ ਜਦ ਟਰਨ ਕਰਦਾ ਹੈ ਤਾਂ ਉਸਨੂੰ ਇਸ ਤਰ੍ਹਾਂ ਕੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ, ਉਸੇ ਕਰਕੇ ਹਾਦਸਾ ਹੋਇਆ। ਲੋਕ ਮੰਗ ਕਰ ਰਹੇ ਹੈ ਜਿਹੜੀ ਸਮਾਣਾ ਰਾਮਨਗਰ ਸੜਕ ਹੈ ਇਸ ਨੂੰ ਚੌੜਾ ਕੀਤਾ ਜਾਵੇ। ਇਹ ਬੱਸ ਕਿੰਨੇ ਚੱਲਦੀ ਹੈ ਸਮਾਣੇ ਤੋਂ? 6:40 ਤੇ। 6:40 ਤੇ 6:45 ਦੇ ਆਸ ਪਾਸ ਨਿਕਲੀ ਹੈ ਅਤੇ 15 ਮਿੰਟ ਬਾਅਦ ਜਾ ਕੇ 15 ਮਿੰਟ ਲੱਗੇ ਹੁਣ ਉੱਥੇ ਪਹੁੰਚਣ ਮੈਨੂੰ। ਜੀ, ਤੁਸੀਂ ਪਿੱਛੇ ਬੈਠੇ ਸੀ, ਅੱਗੇ ਸੀ? ਮੈਂ ਅੱਗੇ ਬੈਠਿਆ ਸੀ। ਅੱਗੇ ਇਹ ਸਾਹਮਣੇ ਤੋਂ ਆਇਆ ਟਰਾਲਾ? ਹਾਂਜੀ, ਇਹ ਸਵੇਰੇ ਹੀ ਪੌਣੇ ਕੁ 6 ਵਜੇ ਆਪਾਂ 6:15 ਵਜੇ ਘਰੋਂ ਤੁਰੇ ਨੇ ਜੀ, 7 ਵਾਲੀ ਬੱਸ 'ਚ ਗਏ ਨੇ। ਹਾਂਜੀ, ਅਤੇ ਇਹਦੇ ਨੂੰ ਮਤਲਬ ਸਾਡੇ ਲੋਕ ਫੋਨ ਆਇਆ ਕਹਿੰਦੇ ਵੀ ਬੱਸ ਦਾ ਐਕਸੀਡੈਂਟ ਹੋ ਗਿਆ। ਆ ਪੂੰਡਰੀ ਦੇ ਜਾਣੇ ਵਾਲੇ ਆ, ਪੂੰਡਰੀ ਕੇ? ਹਾਂ ਜੀ, ਕੱਟੋ ਗਏ ਬਸ। ਆਏ ਕਿਧਰ ਕਿਧਰ? ਪਿੱਛੇ ਸੇ ਸਮਾਣੇ ਸੇ, ਸਮਾਣੇ ਚੜੇ ਤੇ ਬਸ। ਹਾਂ, ਅਸੀਂ ਕੈਥਲ ਜੀ ਸਮਾਣੇ ਤੋਂ। ਕਿੰਨੇ ਸਮਾਣੇ ਸਮਾਣੇ ਤੇ ਬੈਠੇ ਜੀ? ਕਿ ਪਿੱਛੇ ਆਏ ਹਾਂ? ਮੈਂ ਕੰਡਕਟਰ ਹਾਂ ਜੀ। ਕੰਡਕਟਰ ਹੈ ਬਸ? ਕੰਡਕਟਰ ਹੋ ਤੁਸੀਂ? ਜੀ ਜੀ ਜੀ। ਡਰਾਈਵਰ ਦਾ ਨਾਮ ਕੀ ਹੈ? ਬਲਜੀਤ ਸਿੰਘ ਜੀ। ਉਹਦੀ ਕੰਡੀਸ਼ਨ ਕੀ ਹੈ? ਦੋਨੋਂ ਲੱਤਾਂ ਫੈਕਚਰ ਨੇ ਜੀ ਉਹਨਾਂ ਨੇ। ਲੱਤਾਂ ਫੈਕਚਰ ਹੋਈਆਂ? ਜੀ ਜੀ। ਬਲਜੀਤ ਸਿੰਘ ਕਿੱਥੇ ਦਾ? ਸਮਾਣੇ ਦਾ ਕਿ ਸੰਗਰੂਰ? ਉਹ ਬਲਵਾੜ ਪਿੰਡ ਹੈ ਜੀ ਉਹਨਾਂ ਦਾ, ਸੰਗਰੂਰ ਦੇ ਕੋਲ। ਮੌਕੇ ਦੇ ਅੱਗੇ ਬੈਠੇ ਸੀ, ਪਿੱਛੇ? ਮੈਂ ਟਿਕਟਾਂ ਕੱਟ ਕੇ ਆਇਆ ਸੀਗਾ ਜੀ। ਕਿੰਨੀਆਂ ਸਵਾਰੀਆਂ ਸੀ? ਅਬਾਊਟ ਸਵਾਰੀਆਂ ਹੈਗੀਆਂ ਸੀ 12-13 ਜੀ। 12-13 ਜੀ? ਦੋ ਤੁਸੀਂ 14 ਹੋ ਗਏ? ਹਾਂਜੀ, ਬਸ ਤਕਰੀਬਨ ਫੁੱਟਰ ਸਾਰੇ ਹੀ ਹੈ? ਸਾਰੀ ਨਹੀਂ, ਤਕਰੀਬਨ ਸਾਰੀ ਟੋਟਲੀ। ਇਹ ਕੈਥਲ ਜਾ ਰਹੇ ਸੀ? ਸੰਗਰੂਰ ਤੋਂ ਹੈਗੇ ਸਮਾਣੇ ਤੋਂ? ਪਾਨੀਗੜ੍ਹ ਤੋਂ ਆਏ ਸੀ। ਪਾਨੀਗੜ੍ਹ ਤੋਂ ਕੈਥਲ ਸੀ? ਹਾਂਜੀ ਹਾਂਜੀ। ਸਾਹਮਣੇ ਜਮੀ ਰੋਂਗ ਸਾਈਡ ਆ ਗਏ ਮੇਰੇ ਕਿੰਨੇ ਨੂੰ ਜੀ, ਤੁਹਾਡੇ ਸਾਈਡ ਮਾਰੀ ਦੇਖੇ? ਹਾਂਜੀ, ਜਮੀ ਮੇਰੀ ਸਾਈਡ ਆ ਗਏ ਜੀ। ਇਸ ਰੋਡ ਤੇ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਆ ਜੀ, ਤਾਂ ਕਾਫੀ ਹੈਵੀ ਗੱਡੀਆਂ ਵੀ ਲੰਘਦੀਆਂ। ਸੜਕ ਚੌੜੀ ਵੀ ਹੋਣੀ ਚਾਹੀਦੀ ਆ, ਉਹ ਜਿਹੜੀ ਇਹ ਸੀਕੇ ਤੋਂ ਸਮਾਣੇ ਨੂੰ ਜਾ ਰਹੀ ਆ, ਇਹ ਸੜਕ ਦਾ ਇੰਨਾ ਬੁਰਾ ਹਾਲ ਆ ਕਿ ਇੱਥੋਂ ਪੈਦਲ ਵੀ ਬੰਦਾ ਜਿਹੜਾ ਉਹ ਚੱਲ ਕੇ ਨਹੀਂ ਜਾ ਸਕਦਾ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।